ਦੀ ਸ਼ਮਤਾ ਹੀ ਨਹੀਂ ਉਹ ਪਾਰਟੀ ਨੂੰ ਜਿਹੜਾ ਲੀਡਰਸ਼ਿਪ ਦੇ ਨਹੀਂ ਸਕਦਾ ਔਰ ਫਿਰ ਉਹ ਐਵੀਆਂ ਅੱਖਾਂ ਦਿਖਾ ਕੇ ਉਹ ਲੀਡਰਸ਼ਿਪ ਨੂੰ ਉੱਤੇ ਜਾਂਦਾ ਫਿਰ ਉਹਨਾਂ ਨੂੰ ਮਿਲਦਾ ਔਰ ਮਹੀਨੇ ਕੁ ਬਾਅਦ ਫਿਰ ਜਦ ਉਹਨੂੰ ਸਵਾਸ਼ਨ ਮਿਲ ਜਾਂਦਾ ਵੀ ਤੈਨੂੰ ਪ੍ਰਧਾਨ ਬਣਾਉਣਾ ਉਹੀ ਕਹਿੰਦਾ ਰਾਹੁਲ ਗਾਂਧੀ ਦੇ ਖਿਲਾਫ ਨਹੀਂ ਜਦੋਂ ਸਾਡੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਸਾਡੇ ਬੜਾ ਮਾੜਾ ਪ੍ਰਦਰਸ਼ਨ ਰਿਹਾ ਸੀ 44 ਸੀਟਾਂ ਤੇ ਆ ਕੇ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਕਿ ਵੀ ਇਹ ਹੁਣ ਮਾੜਾ ਵਕਤ ਹੈਗਾ ਵਾ ਔਰ ਇਸ ਪਿਛਲੇ ਸਾਡੇ ਇਹੋ ਜਿਹੇ ਮਾੜੇ ਵਕਤ ਚੋਂ ਸਾਨੂੰ ਮਿਸਿਸ ਗਾਂਧੀ ਦੀ ਲੀਡਰਸ਼ਿਪ ਨੇ ਸੀਨੀਅਰ ਲੀਡਰਸ਼ਿਪ ਨੇ ਸਾਨੂੰ ਕੱਢ ਕੇ ਲੈ ਕੇ ਆਏ ਨੇ ਔਰ ਅੱਜ ਦੀ ਡੇਟ ਦੀ ਲੋੜ ਹੈਗੀ ਹੈ ਕਿ ਯੰਗ ਵਰਸਿਸ ਜਿਹੜਾ ਓਲਡ ਦੀ ਜਿਹੜੀ ਡਿਬੇਟ ਕਾਂਗਰਸ ਉਸ ਟਾਈਮ ਚੱਲ ਰਹੀ ਸੀ ਜਿਹਦਾ ਕਿ ਇੱਕ ਮਾੜਾ ਸਿੱਟਾ ਵੀ ਨਿਕਲਿਆ ਹੈਗਾ ਵੀ ਉਸ ਡਿਬੇਟ ਨੂੰ ਤੁਸੀਂ ਕੰਟਰੋਲ ਕੀਤਾ ਜਾਵੇ ਔਰ ਅੱਜ ਦੀ ਔਰ ਮਿਸਿਸ ਗਾਂਧੀ ਨੂੰ ਜਦ ਤੱਕ ਅਸੀਂ ਆਪਣੇ ਪੈਰਾਂ ਪੈਰਾਂ ਪਾਈ ਪੂਰੀ ਤਰ੍ਹਾਂ ਖੜੇ ਨਹੀਂ ਹੋ ਜਾਂਦੇ ਤੇ ਸਾਨੂੰ ਉਹ ਜਿਹੜੀ ਯੰਗ ਔਰ ਓਲਡ ਲੀਡਰਸ਼ਿਪ ਨੂੰ ਜਿਹੜਾ ਕੋਆਰਡੀਨੇਸ਼ਨ ਜਿਹੜੀ ਮਿਸਿਸ ਗਾਂਧੀ ਦੇ ਸਕਦੀ ਆ ਹੋਰ ਕੋਈ ਨਹੀਂ ਦੇ ਸਕਦਾ ਇਸ ਕਰਕੇ ਉਹਨਾਂ ਨੂੰ ਕੰਟੀਨਿਊ ਕੀਤਾ ਜਾਵੇ ਔਰ ਉਸ ਤੋਂ ਬਾਅਦ ਹੁਣ ਮੇਰੀ ਗੱਲ ਸੁਣ ਲਓ ਵੈਰੀ ਰੀਸੈਂਟਲੀ ਦੁਬਾਰਾ ਉਹਨਾਂ ਨੇ ਬਿਆਨ ਦਿੱਤਾ ਹੈਗਾ ਵਾ ਕਿ ਵੀ ਜਿਹੜੀ ਨੈਕਸਟ ਪਲੈਨਰੀ ਸੈਸ਼ਨ ਹੈ ਉਹਦੇ ਵਿੱਚ ਆਲਮੋਸਟ ਡਿਸਾਈਡਿਡ ਕਿ ਰਾਹੁਲ ਗਾਂਧੀ ਜੀ ਸਾਡੇ ਪ੍ਰਧਾਨ ਬਣਨ ਇਹਦੇ ਵਿੱਚ ਹੁਣ ਤੁਹਾਨੂੰ ਇੱਕ ਅਸੀਂ ਕਦੋਂ ਕਿਹਾ ਸੀ ਅੱਜ ਕਿਉਂ ਹੋ ਰਿਹਾ ਨਾ ਪਰ ਇੱਕ ਮੇਰੀ ਗੱਲ ਸੁਣੋ ਜੇ ਸਾਡੇ ਘਰ ਦੀ ਪ੍ਰੋਬਲਮ ਹੈ ਅਸੀਂ ਤੁਹਾਨੂੰ ਥੋੜਾ ਪੁੱਛਣ ਜਾਣਾ ਮੈਂ ਤੁਸੀਂ ਮੇਰੀ ਗੱਲ ਸੁਣੋ ਕਾਂਗਰਸ ਪਾਰਟੀ ਦਾ ਜਿਹੜਾ ਤੁਸੀਂ ਇੰਨਾ ਲੀਡਰਸ਼ਿਪ ਦੇ ਦੀ ਮੋਕੀ ਹੈ ਪਾਰਟੀ ਦਾ ਚਿਹਰਾ ਆਮ ਜਨਤਾ ਦਾ ਆਪਣੇ ਨੰਗਾ ਹੋ ਚੁੱਕਾ ਦੇਖੋ ਪਾਰਲੀਮੈਂਟ ਦਾ ਇਹਨਾਂ ਨੇ ਕੰਮ ਰੋਕ ਰਹੇ ਨੇ ਕਿਹਨੂੰ ਬਚਾਉਣ ਲਈ ਆਪਣੀ ਹਾਈ ਕਮਾਂਡ ਨੂੰ ਰਾਹੁਲ ਗਾਂਧੀ ਸੋਨੀਆ ਜੀ ਨੂੰ ਬਚਾਉਣ ਲਈ ਸਾਰੇ ਪਾਰਲੀਮੈਂਟ ਛੱਲਾ ਸਰ ਬਿਲਕੁਲ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਕੰਮ ਨਹੀਂ ਹੁੰਦਾ ਸਰ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੁੰਦਾ ਬਿਲਕੁਲ ਅਸੀਂ ਨਹੀਂ ਕਹਿੰਦੇ ਹੁਣ ਮੋਦੀ ਜੀ ਦੀ ਗਵਰਨਮੈਂਟ ਆ ਵੀ ਅਸੀਂ ਕੰਮ ਰੋਕ ਲਈਏ ਕਿਉਂ ਰੁਕੀ ਸੀ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਹਾਂ ਅਸੀਂ ਉਹਨਾਂ ਨਾਲ ਕਈ ਮੁੱਦੇ ਤੇ ਸਹਿਮਤ ਨਹੀਂ ਅਸੀਂ ਵਿਰੋਧ ਕਰ ਰਹੇ ਹਾਂ ਅਸੀਂ ਤਾਂ ਹੀ ਸਾਡੀ ਪਾਰਟੀ ਲੜ ਰਹੀ ਹੈ ਅਸੀਂ ਪਰਿਵਾਰਵਾਦ ਖਿਲਾਫ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਪ੍ਰਦੂਸ਼ਣ ਦੇ ਖਿਲਾਫ ਵੀ ਹੁਣ ਜੰਗ ਸ਼ੁਰੂ ਕਰ ਦਿੱਤੀ ਦਿੱਲੀ ਦੇ ਵਿੱਚ ਅਸੀਂ ਲੋਕਾਂ ਨੂੰ ਸਾਰਿਆਂ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਅਸੀਂ ਬੀਜੇਪੀ ਨੂੰ ਵੀ ਇਨਵਾਈਟ ਕੀਤਾ ਸੀ ਸਾਡੀਆਂ ਇਹਨਾਂ ਜਿਹੜੀਆਂ ਇਨੀਸ਼ੀਏਟਿਵ ਨੇ ਇਹ ਚ ਸਾਥ ਦਿਓ ਤੇ ਨਿਤਿਨ ਗਡਕਰੀ ਪਾਰਲੀਮੈਂਟ ਦਾ ਸੈਸ਼ਨ ਰੋਕਿਆ ਜਾ ਰਿਹਾ ਇਹ ਕਹਿੰਦੇ ਨੇ ਕੋਈ ਖਬਰ ਨਹੀਂ ਹੈ ਤੁਸੀਂ ਸਾਰੇ ਆਈ ਥਿੰਕ ਤੁਹਾਨੂੰ ਪਤਾ ਹੀ ਹੋਵੇ ਪਾਰਲੀਮੈਂਟ ਦੇ ਸੈਸ਼ਨ ਨੂੰ ਡਿਸਟਰਬ ਕੀਤਾ ਜਾ ਰਿਹਾ ਕਾਂਗਰਸ ਦੇ ਐਮਪੀ ਵੱਲੋਂ ਕਿਉਂਕਿ ਨੈਸ਼ਨਲ ਹਰਾਰਟ ਕੇਸ ਦੇ ਵਿੱਚ ਫਸ ਚੁੱਕੇ ਨੇ ਜੇ ਬਾਈ ਚਾਂਸ ਉਹਨਾਂ ਨੂੰ ਮੋਦੀ ਜੀ ਜੇਲ੍ਹ ਕਰਦੇ ਨੇ ਅਸੀਂ ਸਵਾਲ ਮੋਦੀ ਜੀ ਕੋਲ ਕੇਸ ਕਹਿ ਕੇ ਜਿਹੜਾ ਹੁਣ ਇਹਨਾਂ ਨੇ ਪ੍ਰਸ਼ਨ ਚੁੱਕਿਆ ਵੀ ਪਾਰਲੀਮੈਂਟ ਦੇ ਅਸੀਂ ਕਿਉਂ ਬਾਈਕਾਟ ਕਰ ਰਹੇ ਹਾਂ ਤੇ ਜੇ ਇਹਨਾਂ ਨੂੰ ਪਾਰਲੀਮੈਂਟ ਦਾ ਇੰਨਾ ਹੀ ਫਿਕਰ ਸੀਗਾ ਇਹਨਾਂ ਦੇ ਚਾਰ ਜਿਹੜੇ ਮੈਂਬਰ ਪਾਰਲੀਮੈਂਟ ਹੈ ਇਹ ਪਿਛਲੀ ਵਾਰੀ ਸਾਰੇ ਵਾਕਆਊਟ ਚ ਬਾਹਰ ਕਿਵੇਂ ਚਲੇ ਜਾਂਦੇ ਸੀ ਤਾਂ ਟੀਐਮਸੀ ਦੇ ਨਾਲ ਕਿਉਂ ਕੋਆਰਡੀਨੇਸ਼ਨ ਕੀਤੀ ਕਿ ਅਸੀਂ ਬਾਹਰ ਚਲੇ ਜਾਣਾ ਹੈ ਤੁਸੀਂ ਜੇ ਤੁਹਾਨੂੰ ਇੰਨਾ ਹੀ ਕੰਮ ਸੀਗਾ ਤੁਹਾਡਾ ਭਗਵੰਤ ਮਾਨ ਤੁਹਾਡੇ ਗਾਂਧੀ ਸਾਹਿਬ ਤੁਹਾਡੇ ਸਰ ਖਾਲਸਾ ਜੀ ਉਹ ਤਾਂ ਵਾਕਆਊਟ ਕਰਦੇ ਪਏ ਸਾਨੂੰ ਅੱਜ ਸਾਰੇ ਹੋ ਸਾਡਾ